ਸਾਲ ਲੱਗੇ ਨੇ ਮਾਸ਼ਾਅੱਲਾ ਸੋਹਣੀ ਪੰਡ ਪਾਈ ਹੈ ਜੀ। ਕਿਨਵਾਂ ਸੁਭਾਅ ਲਾਲ ਸਾਹਿਬ ਸੂਈ ਹੈ ਜੀ। ਚਿਹਰਾ ਵੀ ਸਾਹਮਣੇ ਕਰਿਓ ਆ ਮਾਸ਼ਾਅੱਲਾ ਜੀ। ਅਸਲਾਮੁਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੀ ਸੋਮਵਾਰ ਦਾ ਤੇ ਇਸ ਟਾਈਮ ਸਿਆਲਕੋਟ ਦੇ ਨਾਮਵਾਰ ਤੇ ਨੌਜਵਾਨ ਵਪਾਰੀ ਮੁਹੰਮਦ ਬਲਾਲ ਬਾਜਵਾ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਅੱਜ ਦੀ ਇਸ ਵੀਡੀਓ 'ਚ ਚਾਰ ਖੂਬਸੂਰਤ ਝੋਟੀਆਂ, ਇਸ ਤੋਂ ਇਲਾਵਾ 3 ਗਾਵਾਂ ਵੀ ਸ਼ਾਮਿਲ ਨੇ। ਕਮ ਅਜ਼ ਕਮ ਕੀਮਤ 'ਤੇ ਜੀ 2,35,000 ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਦੇ ਹਾਂ। ਬਲਾਲ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁਅਲੈਕੁਮ ਜੀ ਬਲਾਲ ਸਾਹਿਬ, ਕੀ ਹਾਲ ਹੈ? ਠੀਕ ਹੋ? ਹਾਂਜੀ ਠੀਕ ਠਾਕ, ਸ਼ੁਕਰ ਹੈ ਮਾਲਕ। ਮਾਸ਼ਾਅੱਲਾ ਜੀ, ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ। ਦੋਸਤਾਂ ਨੂੰ ਫੇਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਜ਼ਿਲ੍ਹਾ ਸਿਆਲਕੋਟ, ਤਹਿਸੀਲ ਪਸਰੋੜ, ਗਾਉਂ ਚੌਕ, ਮੇਨ ਸਿਆਲਕੋਟ ਰੋਡ ਦੇ ਡੇਰਾ। ਪਿੰਡ ਤੋਂ ਵੀ 3 ਕਿਲੋਮੀਟਰ, ਭਾਗਵਾਲ ਤੋਂ 3 ਕਿਲੋਮੀਟਰ, ਡੇਰਾ ਸੂਬੇਦਾਰ ਫਾਕ ਦੇ ਨਾਲ ਮਸ਼ਹੂਰ। ਅਤੇ ਸੂਬੇਦਾਰ ਸਾਹਿਬ ਕਿੱਥੇ ਨੇ ਅੱਜ? ਅੱਜ ਉਹ ਕਿਤੇ ਸ਼ੌਕ ਨਾਲ ਬੱਚੀਆਂ ਦਾ ਬੜਾ, ਜਿਹੜੀਆਂ ਮੋਨੀਆਂ ਬੱਚੀਆਂ ਡੱਬੀਆਂ ਪੈਗਾਮ ਐਂਡ ਤੇ। ਸੂਬੇਦਾਰ ਸਾਹਿਬ ਦੇ ਵੱਡੇ ਭਾਈ ਨੇ, ਉਹ ਮੌਜੂਦ ਨੇ ਤੇ ਉਹਨਾਂ ਦਾ ਪੈਗਾਮ ਇਨਸ਼ਾਅੱਲਾ ਐਂਡ ਤੇ ਹੋਏਗਾ। ਪਹਿਲੇ ਜਾਨਵਰਾਂ ਦਾ ਸ਼ੁਕਰ ਆਲੀ ਨੇ, ਜਾਨਵਰ 7 ਨੇ ਤੇ ਇਨਸ਼ਾਅੱਲਾ ਕਾਫੀ ਦੋਸਤਾਂ ਜਿਹੜੀ ਬੱਚੀਆਂ ਨੇ ਉਹਨਾਂ ਦਾ ਵੀ ਸ਼ੁਕਰ ਆ। ਪਹਿਲੇ ਝੋਟੀਆਂ ਚੈੱਕ ਕਰਾ ਲਈ, ਆਓ ਜੀ ਗਾਵਾਂ ਬਾਅਦ 'ਚ ਚੈੱਕ ਕਰਾ ਲੈਂਦੇ ਹਾਂ ਅਤੇ ਇਨਸ਼ਾਅੱਲਾ 1-2 ਦਿਨ ਸਿੱਧਾ ਜਿਹੜਾ ਬੱਚੀਆਂ ਦੀ ਵੀਡੀਓ ਹੋਵੇ ਉਹ ਵੀ ਇਨਸ਼ਾਅੱਲਾ ਅਪਲੋਡ ਹੋਏ ਜੀ। ਝੋਟੀ ਨੰਬਰ 1 ਆ ਗਈ ਮਾਸ਼ਾਅੱਲਾ ਜੀ, ਤੁਹਾਨੂੰ ਦੋਸਤਾਂ ਵੇਖ ਲੈਣੇ ਨੇ। ਜੀਬ ਲਾਲ ਸਾਹਿਬ, ਕਿਨਵਾਂ ਸੂਆ ਅਤੇ ਕਦੋਂ ਦੀ ਸੂਈ ਹੈ? ਫਰਾਜ਼ ਬਾਈ, ਦੂਸਰਾ ਸੂਆ ਜੀ ਝੋਟੀ। ਅੱਛਾ, ਚਵਾਂ ਪਿੱਛੇ ਮਾਸ਼ਾਅੱਲਾ ਕੱਟੀਆਂ ਚਵਾਂ ਝੋਟੀਆਂ। ਅਤੇ ਅੱਜ ਦੀ ਵੀਡੀਓ ਦੀ ਖਾਸ ਗੱਲ ਇਹ ਵੀ ਹੈ ਕਿ 4 ਝੋਟੀਆਂ ਨੇ ਅਤੇ ਚਵਾਂ ਮਗਰ ਮਾਸ਼ਾਅੱਲਾ ਜੀ ਕੱਟੀਆਂ ਨੇ, ਸੂਆ ਦੂਸਰਾ ਸੂਈ ਹੈ। ਲਿਬਾਸ ਚੰਗਾ ਕੀਤਾ ਮਾਸ਼ਾਅੱਲਾ ਜੀ, ਥਣ ਸੋਹਣੇ ਲੱਗੇ ਨੇ, ਪਾਵਰਫੁੱਲ। ਬਲਾਲ ਸਾਹਿਬ ਕਿਦੋਂ ਦੀ ਸੂਈ ਹੈ ਜੀ? ਰਾਤ ਬਈ, ਦਿਹਾੜੇ 3 ਹੋ ਗਏ ਨੇ ਇਸ ਟਾਈਮ ਝੋਟੀ ਨੂੰ ਸੂਏ। ਠੀਕ ਹੈ, ਬੋਲੇ ਤੇ ਇਹ ਦਿਨ 3 ਹੋ ਗਏ ਨੇ ਮਾਸ਼ਾਅੱਲਾ ਜੀ। ਪੁੱਠਾ ਵੀ ਦੋਸਤਾਂ ਵੇਖ ਲੈਣੇ। ਬਲਾਲ ਸਾਹਿਬ, ਬੋਲਾ ਕਿੰਨਾ ਕਿਹਦੇ ਕੋਲ? ਬੋਲਾ ਇਸ ਟਾਈਮ ਰਾਤ ਬਈ 14 ਕਿਲੋ ਹੋਏਗਾ ਝੋਟੀ। ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 14 ਕਿਲੋ ਪਿੱਛੇ ਦੇ ਕੱਟੀ ਹੈ ਮਾਸ਼ਾਅੱਲਾ ਜੀ। ਪਿਆਰੇ ਭਾਈ, ਜਾ ਕੇ ਕਰਨਾ, ਬਿੱਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗਤ ਸੇਮ ਹੈ। ਚਿਹਰਾ ਵੀ ਦੋਸਤਾਂ ਵੇਖ ਲੈਣਾ, ਥਣ ਫੇਰ ਚੈੱਕ ਕਰਨੇ ਨੇ। 3 ਦਿਨ ਹੋ ਗਏ ਨੇ ਮਾਸ਼ਾਅੱਲਾ ਜੀ, ਸੂਆ ਦੂਸਰਾ ਤੇ ਧੁੰਨੀਆਂ ਵੀ ਛੋਟੀ ਹੈ ਤੇ ਥਣ ਪਾਵਰਫੁੱਲ ਨੇ ਮਾਸ਼ਾਅੱਲਾ ਜੀ। ਠੀਕ ਹੈ ਬਾਈ ਲਾ, ਚਲੋ ਇਹ ਪਿੱਛੇ ਤੇ ਕੱਟੀ ਜਾ ਵੀ ਦੋਸਤਾਂ ਵੇਖ ਲੈਣਾ। ਬਾਈ ਲਾ, ਮੀਟਰ ਰੋਗ ਲਿਆਓ ਛੋਟੀ ਨੰਬਰ 2। ਮਾਸ਼ਾਅੱਲਾ ਮਾਸ਼ਾਅੱਲਾ, ਰਵੇਲ ਵੀ ਦੋਸਤਾਂ ਵੇਖ ਲੈਣੀ ਮਾਸ਼ਾਅੱਲਾ ਜੀ। ਚੀਜ਼ ਖੂਬਸੂਰਤ ਹੈ, ਚੀਜ਼ ਨਜ਼ਰ ਆਉਂਦੀ ਸਾਹਮਣੇ, ਤਾਰੀਫ ਜਿੰਨੀ ਮਰਜ਼ੀ ਕਰੋ, ਜਿਹੜੀ ਚੀਜ਼ ਚੰਗੀ ਹੈ ਉਹ ਦੋਸਤਾਂ ਨੂੰ ਖੁਦ ਵੀ ਚੰਗੀ ਨਜ਼ਰ ਆਈ ਜਾਂਦੀ ਹੈ। ਜੀਬ ਲਾਲ ਸਾਹਿਬ, ਝੋਟੀ ਨੰਬਰ 1 ਦਾ ਰੇਟ ਨੀਲੀ ਦੇ ਬਟਨ ਇਹ ਚੈੱਕ ਕਰੋ ਮਾਸ਼ਾਅੱਲਾ ਜੀ। ਠੀਕ, ਜੀਬ ਲਾਲ ਸਾਹਿਬ ਕੀ ਕੀਮਤ ਇਹਦੀ? ਰਾਜ ਸਾਹਿਬ, ਝੋਟੀ ਦੇ 4 ਲੱਖ ਦੇ ਜੀ। ਬਿਹਤਰ ਹੋ ਗਿਆ।
ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਜੀਬ ਲਾਲ ਸਾਹਿਬ ਕਿੰਨਵਾਂ ਸੋਇਆ ਜੀ ਦਾ ਸਾਹਿਬ ਦੂਸਰਾ ਸੋਇਆ ਜੀ ਸੋਇਆ ਦੂਸਰਾ ਸੋਈ ਮਾਸ਼ਾਅੱਲਾ ਜੀ ਰਵੇਲ ਦੋਸਤਾਂ ਵੇਖਣੀ ਚੰਗੀ ਖੂਬਸੂਰਤ ਪਹਿਲਵਾਨ ਚੀਜ਼ ਹੈ ਰਵੇਲ ਕਾਫੀ ਮਾਸ਼ਾਅੱਲਾ ਜੀ ਥਣ ਸੋਹਣੇ ਮੁੱਠੀ ਲੱਗੇ ਨੇ ਪਾਵਰਫੁਲ ਕਿਦੋਂ ਦੀ ਸੋਈ ਹੈ ਬਲਾਲ ਸਾਹਿਬ ਦਿਨ ਦੋ ਕੁ ਹੋ ਗਏ ਨੇ ਸੁਬਾਹ ਦੂਸਰਾ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਕਾਲੀਆਂ ਅੱਖਾਂ ਦੋਵਾਂ ਅੱਖਾਂ ਦੀ ਰੰਗਤ ਸੇਮ ਹੁਸ਼ਲ ਵਾਲ ਹਲਕੇ ਜੇ ਸਫੇਦ ਨੇ ਬਾਕੀ ਤੇ ਮੁਕੰਮਲ ਕਾਲੀ ਸਿਆ ਮਾਸ਼ਾਅੱਲਾ ਜੀ ਲੋ ਦੋਸਤਾਂ ਚੈੱਕ ਕਰੋ ਮਾਸ਼ਾਅੱਲਾ ਜੀ ਸਿੰਗੀਆਂ ਵੀ ਦੋਸਤਾਂ ਵੇਖਣੀਆਂ ਨੇ ਤੇ ਪਿੱਛੇ ਦੇ ਕੱਟੀ ਬਾਈ ਐਨ ਚੈੱਕ ਲਵਾਓ ਜ਼ਰਾ ਬਲਾਲ ਸਾਹਿਬ ਕਿੰਨਾ ਕੁ ਬੋਲਿਆ ਤੇ ਕੋਲ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 13 ਕਿਲੋ ਲਿਬਾਸ ਦੋਸਤਾਂ ਹੁਸ਼ਲ ਭਾਈ ਫੜੋ ਪਿਛਲੀ ਸਾਈਡ ਤੋਂ ਵੇਖ ਲੈਣਾ ਨੰਬਰ 2 ਤੇ ਚੈੱਕ ਕਰਾਉਂਦੇ ਹਾਂ ਪਿਓ ਬੋਲੇ ਤੇ ਦਿਨ ਦੋ ਹੋ ਗਏ ਨੇ ਬਾਈ ਅਬਦੁੱਲਾ ਸਾਹਿਬ ਜਾ ਕੇ ਕਰੋ ਤੁਹਾਡੀ ਮਿਹਰਬਾਨੀ ਲਓ ਦੋਸਤੋ ਪੁੱਠਾ ਵੀ ਚੈੱਕ ਕਰ ਲੈਣਾ ਠੀਕ ਹੈ ਬਾਈ ਜੀਬ ਲਾਲ ਸਾਹਿਬ ਝੋਟੀ ਨੰਬਰ 2 ਦਾ ਰੇਟ ₹370,000 ਨੰਬਰ 2 ਤੇ ਚੈੱਕ ਕਰਾਈਏ ਕੀਮਤ ਡਿਮਾਂਡ 370,000 ਤੇ ਤੂੰ ਨੀਵੇਂ ਦੀ ਨਾ ਹੁੰਦੇ ਬਰਾਬਰੀ ਆ ਚੈੱਕ ਕਰੋ ਮਾਸ਼ਾਅੱਲਾ ਜੀ ਥਣ ਚੰਗੇ ਲੱਗੇ ਨੇ ਪਾਵਰਫੁੱਲ ਨੰਬਰ ਆ ਗਈ ਹੈ 2 ਤੇ ਕੀਮਤ ਡਿਮਾਂਡ 370 ਅੱਗੇ ਬਾਈ ਲਿਆਓ ਜੀ ਨੰਬਰ 3 ਵਾਲੀ ਜਾ ਭਾਈ ਪਹਿਲੇ ਅੱਗੇ ਖੋਲ ਕੇ ਅੱਗੇ ਕਰ ਲਿਆ ਕਰੋ ਚਿਹਰੇ ਦੀ ਖੂਬਸੂਰਤੀ ਵੇਖ ਲੈਣੀ ਪਿੱਛੇ ਤੇ ਕੱਟੀ ਹੈ ਝੋਟੀ ਨੰਬਰ 3 ਕਿੰਨਵਾਂ ਸੋਇਆ ਬਲਾਲ ਸਾਹਿਬ ਦਾ ਚਿਹਰਾ ਦੋਸਤਾਂ ਵੇਖ ਲੈਣਾ ਸੁਬਾਹ ਦੂਸਰਾ ਵੇ ਕਿਦੋਂ ਦੀ ਸੂਈ ਹੈ ਵੱਡੀ 4 ਤੋਂ 5 ਕੁ ਦਿਨ ਹੋ ਗਏ ਨੇ ਪਹਿਲਵਾਨ ਚੀਜ਼ ਹੈ ਕਿੰਨਾ ਕੁ ਦੁੱਧ ਬਲਾਲ ਸਾਹਿਬ ਦੇ ਪੱਕਾ ਗਰੰਟੀ ਦੇ ਨਾਲ 16 ਕਿਲੋ ਇਸ ਟਾਈਮ ਝੋਟੀ ਦੁੱਧ ਸੁਬਾਹ ਦੂਸਰਾ ਤੇ ਦਿਨ ਕੋਈ 4-5 ਹੋ ਗਏ ਨੇ ਲਿਬਾਸ ਵੀ ਦੋਸਤਾਂ ਵੇਖ ਲੈਣਾ ਵੱਡੀ ਜੀ ਸਾਹਮਣੇ ਤੇ ਰਵੇਲ ਵੀ ਦੋਸਤਾਂ ਦੇ ਸਾਹਮਣੇ ਨੇ ਪਿੱਛੇ ਤੇ ਕੱਟੀ ਹੈ ਖੂਬਸੂਰਤ ਤੇ ਕੱਟੀ 5 ਕਿਲੇ ਆਣੇ ਕਿ ਨਹੀਂ ਸਾਹਿਬ 5 ਕਿਲੇ ਹਾਂਜੀ ਚਿੱਟੇ ਸਾਰੇ ਚਿੱਟੇ ਨੇ ਪਰਲਾ ਵੀ ਚਿੱਟਾ ਹੈ ਪਰਲਾ ਵੀ ਚਿੱਟਾ ਚੈੱਕ ਕਰਾਉਂ ਅਬਦੁੱਲਾ ਸਾਹਿਬ ਲਾ ਚੈੱਕ ਕਰਾ ਆਇਆ ਕੀ ਜ਼ੋਰ ਦੇ ਸਿਰ ਤੇ ਚਿੱਟਾ ਕਰਦੇ ਹੋ ਨਹੀਂ ਨਹੀਂ ਚਿੱਟਾ ਜੀ ਬਾਲ ਚਿੱਟੇ ਹੈ ਬਾਲ ਚਿੱਟਾ ਹਮ ਸਾਹਿਬ ਕਿਵੇਂ ਝੋਟੀ ਦਾ ਉਸਮੇ ਕੋ ਮਾਸ਼ਾਅੱਲਾ ਮੁੱਛ ਬੱਗੀ ਬੱਗੀ ਮੁੱਛੇ ਤੇ ਮੱਥੇ 'ਚ ਚੀਰ ਦੋਸਤਾਂ ਵੀ ਚੈੱਕ ਕਰਨਾ ਰਵੇਲ ਵੀ ਵੇਖ ਲੈਣੀ ਅਬਦੁੱਲਾ ਸਾਹਿਬ ਜਾ ਕੇ ਕਰੋ ਤੁਹਾਡੀ ਮਿਹਰਬਾਨੀ ਬਲਾਲ ਸਾਹਿਬ ਇੰਜ ਲਿਆਓ ਜ਼ਰਾ ਚੱਕਰ ਲਵਾ ਕੇ ਮਾਸ਼ਾਅੱਲਾ ਜੀ ਇਸ ਸਾਈਡ ਤੇ ਇਹ ਬਹਾਨਾ ਡੱਬਾ ਵਾਲਾ ਜੀ ਠੀਕ ਹੈ ਬਲਾਲ ਸਾਹਿਬ ਚੱਕਰ ਹਲਕਾ ਜਿਹਾ ਲਵਾਉਣਾ ਮਾਸ਼ਾਅੱਲਾ ਜੀ ਨੰਬਰ 3 ਤੇ ਚੈੱਕ ਕਰਾਉਂਦੇ ਹਾਂ ਪੇ 5 ਕੁ ਦਿਨ ਹੋ ਗਏ ਨੇ ਪਿੱਛੇ ਤੇ ਕੱਟੀ ਹੈ ਮਾਸ਼ਾਅੱਲਾ ਜੀ ਵੱਡੀ ਜੀ ਸਾਹਮਣ ਤੇ ਮੁਕੰਮਲ ਦੋਸਤਾਂ ਨਜ਼ਾਰਾ ਕਰ ਲੈਣਾ ਲਿਬਾਸ ਫਿਰ ਚੈੱਕ ਕਰਾ ਦਿੰਦੇ ਹਾਂ ਵਾਨਾ ਡੱਬਾ ਲੈ ਠੀਕ ਹੈ ਬਲਾਲ ਸਾਹਿਬ ਲੈਵੋ ਜੀ ਪੁੱਠਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਚਾਂ ਸਾਹਿਬ ਫੜੋ ਅੱਗੇ ਲਿਆਓ ਜੀ ਨੰਬਰ 4 ਵਾਲੀ ਆਓ ਜੀ ਬਲਾਲ ਸਾਹਿਬ ਝੋਟੀ ਨੰਬਰ 3 ਦਾ ਰੇਟ ਲਾਓ ਸਾਹਿਬ ਝੋਟੀ ਦੇ ਪੂਰੇ 5 ਲੱਖ ਦੀ ਅੱਛਾ ਸਾਨੂੰ ਜਾਇਜ਼ ਦੇ ਵੀ ਆਵੇਂ ਵੀ ਕਿਸੇ ਭਰਾ ਨੂੰ ਜਾਇਜ਼ ਦੇਣੀ 3,80,000 ਦੀ ਝੋਟੀ ਦੇ 3,80,000 ਨੰਬਰ 3 ਤੇ ਚੈੱਕ ਕਰਾਈਏ ਕੀਮਤ ਡਿਮਾਂਡ 3,80,000 ਅੱਗੇ ਬਾਈ ਲਿਆਓ ਜੀ ਨੰਬਰ 4 ਵਾਲੀ ਅੱਗੇ ਆ ਗਈ ਹੈ ਜੀ ਨੰਬਰ 4 ਤੇ ਹਾਂਜੀ ਆਓ ਜੀ ਬਲਾਲ ਸਾਹਿਬ ਨੰਬਰ ਆ ਗਈ ਹੈ 4 ਤੇ ਕਿੰਨਵਾਂ ਸੂਆ ਤੀਸਰਾ ਦਾ ਦੂਸਰਾ ਸੂਆ ਜੀ ਦੂਸਰਾ ਜੀ ਠੀਕ ਹੈ ਨੰਬਰ 4 ਤੇ ਚੈੱਕ ਕਰਾਉਂਦੇ ਹਾਂ ਪੇ ਕਿਦੋਂ ਦੀ ਸੂਈ ਹੈ ਰਾਣਾ ਸਾਹਿਬ ਅੱਜ ਪੈਗਾਮ ਦੇਣਾ ਤੁਸੀਂ ਵੀ ਉੱਥੇ ਬੈਠੋ ਚੱਲ ਕੇ ਜੀ ਪੈਗਾਮ ਰੈਡੀ ਕਰੋ ਆਪਣਾ
ਦਿਨ ਕਿੰਨੇ ਦੱਸੇ ਜੇ? ਦਿਨ 4 ਤੋਂ 5 ਹੋਏ ਨੇ। ਇਹਨੂੰ ਵੀ ਤਕਰੀਬਨ 5 ਦਿਨ ਹੋ ਗਏ ਨਾ, ਬਟਨ ਨੀਲੀ ਦੇ ਨਜ਼ਰ ਆ ਰਹੇ ਨੇ, ਵੀ ਚੈੱਕ ਕਰੋ। ਮੋਟੇ ਵੇਖੋ ਨਜ਼ਰ ਆ ਰਹੇ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, 5 ਦਿਨ ਹੋ ਗਏ ਨੇ, ਥਣ ਵੀ ਸੋਹਣੇ ਨੇ, ਨੰਬਰ ਆ ਗਈ 4 ਦੇ ਪਿੱਛੇ ਤੇ ਕੱਟੀ ਹੈ। ਪਿਆਰੇ ਭਾਈ ਖਿਲਾਰ ਹੋ ਗਈ, ਜਾ ਵੀ ਦੋਸਤਾਂ ਵੇਖ ਲੈਣਾ। ਅਬਦੁੱਲਾ ਸਾਹਿਬ ਇੱਥੇ ਜ਼ਰਾ ਸਿੱਧੀ ਕਰੋ ਜੀ, ਅੱਖਾਂ ਵੀ ਕਾਲੀਆਂ ਮਾਸ਼ਾਅੱਲਾ। ਲੋ ਦੋਸਤੋ, ਦੋ ਅੱਖਾਂ ਦੀ ਰੰਗ ਵੀ ਸੇਮ ਹੈ, ਸਿੰਘਾਂ ਦੀ ਜ਼ਰਾ ਥੋੜੀ ਸਾਦੀ ਹੈ। ਥਣ ਵੀ ਦੋਸਤਾਂ ਚੈੱਕ ਕਰਾ ਦਿੰਦੇ ਹਾਂ। ਕਿੰਨਾ ਕੁ ਦੁੱਧ ਹੈ ਤੇਰੇ ਕੋਲ? ਸਾਹਿਬ ਦੁੱਧ 13 ਕਿਲੋ, 11 ਕਿਲੋ ਦੀ ਗਰੰਟੀ ਦਾ। ਠੀਕ ਹੈ, 11 ਕਿਲੋ ਦੁੱਧ ਦੀ ਗਰੰਟੀ ਹੋਏ ਦੀ ਐ, 13 ਕਿਲੋ ਠੀਕ ਬਾਈ ਲੈ ਚਲੋ ਜੀ, ਤੂੰ ਨਹੀਂ ਦਾਵੇਂ ਨਿਸ਼ਾਨੀ। ਕੀ ਗੱਲ ਹੈ, ਹਾਸਾ ਕਿਉਂ ਆ ਰਿਹਾ ਬਲਾਲ ਸਾਹਿਬ? ਹਾਂਜੀ ਜੀ, ਮੁਸਕਰਾਉਂਦੇ ਸੋਹਣੇ ਲੱਗਦੇ ਜੀ ਬਲਾਲ ਸਾਹਿਬ। ਝੋਟੀ ਨੰਬਰ 4 ਦਾ ਰੇਟ ਸਾਹਿਬ, ਇਹਦਾ ਪੈਕੇਜ ਇਹਨਾਂ ਦਾ ਹਰੀ ਇਸ ਤੋਂ ਚੰਗੀ ਕਿਹੜੀ ਗੱਲ ਹੈ? ਕੀਮਤ ਡਿਮਾਂਡ 2,80,000। ਅੱਗੇ ਭਾਈ ਲੈ ਕੇ ਆਓ ਜੀ, ਗਾਂ ਨੰਬਰ ਇੱਕ ਲੈ ਆਵੋ, ਔਰਲੀ ਗਾਂ ਖੋਲ ਲਵੋ, ਨਹੀਂ ਉਹ ਵੱਡੀ ਐਂਡ ਤੇ ਕੀ ਵੱਡੀ ਐਂਡ ਤੇ ਸ਼ੋਅ ਕਰਾਉਣ, ਚੰਗੀ ਚੀਜ਼ ਐਂਡ ਤੇ। ਜੀ ਬਲਾਲ ਸਾਹਿਬ, ਕਿੰਨਵਾਂ ਸੂਆ ਜੀ ਇਹਦਾ? ਸੂਆ ਦੂਸਰਾ ਵੇ, ਗਾਂ ਨੰਬਰ 1 ਕਿਦੋਂ ਦੀ ਸੂਈ ਹੈ ਬਲਾਲ ਸਾਹਿਬ? ਹੈ ਅੱਜ ਹੀ ਸੂਈ ਹੈ, ਅੱਜ ਹੀ ਸੂਈ ਹੈ ਸੂਆ ਦੂਸਰਾ ਸੂਈ ਹੈ ਖਿਲਾਰੇ ਭਾਈ ਜਾਨ। ਪਹਿਲੀ ਚੁਆਈ ਕੀਤੀ ਹੈ? ਹਾਂਜੀ। ਮੁਕੰਮਲ ਜਾਂ ਨਾ ਮੁਕੰਮਲ? ਮੁਕੰਮਲ ਕੀਤੀ ਹੈ, ਫੁੱਲੀ ਮੁਕੰਮਲ ਜੀ। ਕਿੰਨਾ ਕੁ ਬੋਲਾ ਕੱਢਿਆ? ਠੀਕ, ਇੱਕ ਇਹਦੀ ਚੁਆਈ ਹੋਈ ਹੈ, ਪਹਿਲੀ ਚੁਆਈ ਚ ਕੋਈ 7.5 ਕਿਲੋ ਬੋਲਾ ਕੱਢਿਆ। ਥਾਣਵੀ ਦੋਸਤਾਂ ਵੇਖ ਲੈਣੇ ਨੇ ਸੂਆ ਦੂਸਰਾ ਸੂਈ ਹੈ ਮਾਸ਼ਾਅੱਲਾ ਜੀ, ਮੁਕੰਮਲ ਰਿਵੇਲ ਚੈੱਕ ਕਰਨੀ ਹੈ। ਪ੍ਰਿੰਟ ਦੋਸਤਾਂ ਦੇ ਸਾਹਮਣੇ ਪਿਆਰੇ ਭਾਈ, ਜਾ ਕੇ ਪਿੱਛੇ ਦੇ ਪਿੱਛੇ ਦੇ, ਹਾਂਜੀ ਬੱਚਾ ਕੀ ਬੱਚੀ ਬੱਚਾ ਯਾਰ ਬੱਚਾ ਪਿੱਛੇ ਦੇ ਬੱਚਾ ਲਾੜੂ ਵੀ ਦੋਸਤਾਂ ਨੇ ਚੈੱਕ ਕਰਨੀ ਹੈ। ਚਲੋ ਠੀਕ ਲੈ ਚਲੋ ਭਾਈ। ਨਸਲ ਕੀ ਬਲਾਲ ਸਾਹਿਬ ਜੀ? ਜਰਸੀ ਦੇ ਝੋਲੇ ਤੇ ਕ੍ਰਾਸ ਬਰੀਡ ਹੈ, ਪਿੱਛੇ ਦੇ ਬੱਚੀ ਹੈ, ਜਾ ਵੀ ਦੋਸਤਾਂ ਵੇਖ ਲੈਣਾ। ਨਾੜੂ ਵੀ ਦੋਸਤਾਂ ਚੈੱਕ ਕਰਾਇਆ, ਅੱਜ ਹੀ ਸੂਈ ਹੈ, ਇੱਕ ਇਹਦੀ ਚੁਆਈ ਹੋਈ ਹੈ ਜੀ ਬਲਾਲ। ਠੀਕ, ਇਹ ਚੈੱਕ ਕਰ ਬਮਾ ਕੀ ਕੀਮਤ ਹੈ ਦੀ? ਸਾਹਿਬ ਕੇ ਭਰਾ ਨੂੰ ਪਸੰਦ ਆਏ 2,40,000 ਦੀ ਬੈਠੀ। 2,40,000 ਅੱਗੇ ਲੈ ਆਓ ਜੀ ਨੰਬਰ 2 ਵਾਲੀ। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ, ਗੱਬਰ ਨੇ ਪਾਵਰਫੁੱਲ ਮੱਝਾਂ ਨੇ ਸਾਨੂੰ ਲੱਗੇ ਨੇ ਮਾਸ਼ਾਅੱਲਾ ਜੀ। ਕਿੰਨਵਾਂ ਸੂਆ ਮੱਝਾਂ ਦਾ? ਸਾਹੀਵਾਲ ਦੇ ਚੋਲਸਤਾਨੀ ਜਿਹੜੀ ਸਾਡੀ ਪਸੰਦੀਦਾ ਬਰੀਡ ਲੈ ਕੇ ਆਏ ਹੋ, ਤੁਹਾਡੀ ਮਿਹਰਬਾਨੀ, ਤੁਹਾਡਾ ਸ਼ੁਕਰੀਆ ਅਦਾ ਕਰਨੇ ਆ। ਸਾਹੀਵਾਲ ਦੇ ਚੋਲਸਤਾਨੀ ਕਰਾਸ ਹੈ, ਪਰਸੋਂ ਫੋਨ ਕੀਤਾ ਸ਼ਾਇਦ ਤੇਰ ਸਾਹਿਬ ਦਾ ਫੋਨ ਚੁੱਕਿਆ ਤੁਹਾਡਾ, ਨਾ ਕਹੇ ਕਿ ਪ੍ਰਾਸ ਸਾਹਿਬ ਦੀ ਪਸੰਦੀਦਾ ਗਾਣਾ ਸਾਹੀਵਾਲ ਚੋਲਸ। ਹਾਂਜੀ ਗੱਲ ਮਜ਼ਬੂਤ ਕਰਾਸ ਹੈ, ਸਾਹੀਵਾਲ ਦੀ ਚੋਲਸਤਾਨੀ ਲੈ ਕੇ ਜਾਣੀ, ਗੁਜਰਾਤ ਤੋਂ ਭਾਈ ਜਿਹੜੀ ਆਏ ਸਾਹੀਵਾਲ ਚੋਲਸਤਾਨੀ ਲੈ ਕੇ। ਦਿਨ ਕਿੰਨੇ ਕੁ ਲੈ ਰਹੀ ਹੈ? ਪ੍ਰਾਸ ਸਾਹਿਬ ਦੇ ਨਾਲ ਲੈ ਕੇ 5 ਕਿਲਾਈ। ਠੀਕ ਹੈ, ਕੋਈ 5 ਕੁ ਅੰਦਾਜ਼ਨ ਦਿਨ ਲੈਂਦੀ ਹੈ ਵੀ ਸਾਹੀਵਾਲ ਦੇ ਚੋਲਸਤਾਨੀ ਕਰਾਸ ਹੈ ਮਾਸ਼ਾਅੱਲਾ ਜੀ। ਗਾਂ ਦੀ ਗਾਂ ਵੇ, ਮਾਈ ਦੀ ਮੱਝ, ਥਣ ਦੋਸਤਾਂ ਫਿਰ ਵੇਖਣੇ ਨੇ ਮਾਸ਼ਾਅੱਲਾ ਜੀ, ਪਾਵਰਫੁੱਲ ਥਣ ਲੱਗੇ ਨੇ ਪਹਿਲਵਾਨ। ਖੂਬਸੂਰਤ ਚੀਜ਼ ਹੈ, ਜਸਾਮਤ ਦੇ ਹਿਸਾਬ ਨਾਲ ਸੋਹਣਾ ਲਿਬਾਸ ਕੀਤਾ, ਕਾਲੇ ਥਣ ਲੱਗੇ ਨੇ ਮਾਸ਼ਾਅੱਲਾ, ਸੋਹਣੀ ਪੰਡ ਪਾਈ ਹੈ ਜੀ। ਕਿੰਨਵਾਂ ਸੁਆਬ ਲਾਲ ਸਾਹਿਬ ਸੂਈ ਹੈ ਜੀ?
ਨਾੜੂ ਪਹਿਲੇ ਚੈੱਕ ਕਰਾਓ, ਇਹਦਾ ਚਿਹਰਾ ਸਾਹਮਣੇ ਕਰੋ ਜੀ, ਕੰਨ ਛੋਟੇ ਨੇ ਮਾਸ਼ਾਅੱਲਾ ਜੀ, ਪਿੱਛੇ ਦੇ ਬੱਚਾ ਵੇ ਗਾਂ ਨੰਬਰ 3, ਸੁਬਾ ਦੂਸਰਾ ਤੇ ਲਿਬਾਸ ਮਾਸ਼ਾਅੱਲਾ ਜੀ ਚੰਗਾ, ਕਾਲੇ ਥਣ ਲੱਗੇ ਨੇ, ਥਣ ਵੀ ਦੋਸਤਾਂ ਚੈੱਕ ਕਰਾਉਂਦੇ ਆ, ਇਹ ਚੈੱਕ ਕਰੋ ਮਾਸ਼ਾਅੱਲਾ ਜੀ ਬਾਈ, ਇਹਦਾ ਚਿਹਰਾ ਵੀ ਸਾਹਮਣੇ ਕਰਿਓ ਜੀ, ਆਹ ਮਾਸ਼ਾਅੱਲਾ ਜੀ ਕੰਨ ਵੀ ਛੋਟੇ ਨੇ। ਤਾਇਆ ਸਾਡਾ ਨਾ ਇਹਦੀਆਂ ਗਾਵਾਂ ਬੱਸਾਂ ਜਿਹੜੀਆਂ ਹੁੰਦੀਆਂ ਲੋ ਟਾਈਮ ਥੱਲੇ ਵੀ ਬੱਸ ਜਿਹੜਾ ਛੱਡਾ, ਇਨੀ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਆਪੀ ਵੀ ਲਾਹੌਰ ਟਾਈਮ ਹੈ ਤੇ ਥੱਲੇ ਵੀ ਲਾਹੌਰ ਟਾਈਮ ਹੈ, ਲਾਹੌਰ ਟਾਈਮ ਦੋ ਲਾਹੌਰ ਹੋ ਗਏ ਨੇ, ਚਲੋ ਲਾਹੌਰ ਹੀ ਹੈ। ਕੀ ਨਸਲ ਹੈ ਬਿਲਾਲ ਸਾਹਿਬ ਦੀ, ਨਸਲ ਕੀ ਹੈ ਜੀ? ਅਫਰੀਦੀਅਨ ਤੇ ਚੋਲਸਤਾਨੀ ਕਰਾਸ ਭਾਈ, ਫਿਰ ਲਿਆਓ ਜੀ ਅਫਰੀਦੀਅਨ ਤੇ ਚੋਲਸਤਾਨੀ ਕਰਾਸ ਹੈ, ਇਹਦੀ ਚਵਾਈ ਇੱਕ ਹੀ ਕੀਤੀ ਹੈ। ਹਾਂਜੀ, ਥਾਣ ਵੇਖੋ ਕਿਹੜਾ ਲੱਗਾ ਵੈੜੀ ਨੂੰ, ਲਾੜੀ ਮੱਝਾਂ ਦਾ ਥਾਣ ਲੱਗਾ ਵੈੜੀ ਨੂੰ, ਤੁਹਾਨੂੰ ਫੋਨ ਹੀ ਬੜੇ ਆ ਰਹੇ ਨੇ, ਪਹਿਲੇ ਉਹ ਚੁੱਕ ਲਵੋ ਫਿਰ। ਇਹ ਵੇਖੋ ਮਾਸ਼ਾਅੱਲਾ ਸਾਊ ਕਿੰਨੀ, ਲੋਏ ਦੋਸਤ ਆ ਚੱਕਰ ਮਾਸ਼ਾਅੱਲਾ, ਮੇਰੇ ਕੋਲ ਸਾਹਿਬ ਸੁਬਾਹ ਖਾਲੀ ਕੀਤੀ ਠੀਕ ਹੈ, ਫਿਰ ਮਾਸ਼ਾਅੱਲਾ ਫੱਪ ਗਈ ਠੀਕ। ਭਾਈ ਲਿਆਓ ਜੀ, ਪਹਿਲੀ ਚਵਾਈ 'ਚ ਕਿੰਨਾ ਬੋਲਾ ਕੱਢਿਆ? ਸਭ ਕੁਛ 14 ਕਿਲੋ ਬੋਲਾ ਕੱਢਿਆ ਠੀਕ ਹੈ। ਇੱਕ ਇਹਦੀ ਚਵਾਈ ਹੋਈ ਹੈ, ਪਹਿਲੀ ਚਵਾਈ 'ਚ ਕੋਈ 14 ਕਿਲੋ ਸੁਬਾਹ, ਦੂਸਰਾ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ ਸੀ, ਤੇ ਜਰਸੀ ਦਾ ਵਿੱਚ 32 ਕਿਲੋ ਦੁੱਧ ਕਰਦੀ ਹੈ ਹੁਣ, ਜੋ ਹੁਣ ਕੇ ਭਰਾ ਆਪਣੇ ਪਾਏ ਦਾ ਲੈਣਾ ਦੁੱਧ, ਪਾਏ ਦਾ ਜੋ ਪਾਉਣਾ ਹੋਈ ਚੋਣਾ। ਸਹੀ ਕਹਿ ਰਹੇ ਹੋ ਲਾਲ ਸਾਹਿਬ, ਕੀ ਕੀਮਤ ਹੈ ਉਹ ਸਾਹਮਣੇ? ਲਾਲ ਸਾਹਿਬ ਇਹ ਚੀਜ਼ ਬੇਕੀਮਤ ਹੁੰਦੀ, ਕੇ ਭਰਾ ਨੂੰ ਪਸੰਦ ਦੇ ਰੇਟ ਫੋਨ ਦੇ ਦੱਸਾਂਗੇ, ਤਾਂ ਫੋਨ ਤੇ ਰੇਟ ਲਾ ਦੇ, ਰੇਟ ਲਾ ਦੋ ਦੋਸਤਾਂ, ਕਹਿੰਦਾ ਇੱਕ ਜਿਹੜੀ ਸਭ ਤੋਂ ਚੰਗੀ ਚੀਜ਼ ਸੀ ਉਹਦਾ ਰੇਟ ਹੀ ਨਹੀਂ ਲਾਇਆ, ਰੇਟ ਫਾਈਨਲ ਹੋਏਗਾ ਫਰਾਜ਼ ਸਾਹਿਬ, ਬਿਲਕੁਲ ਫਾਈਨਲ ਕਰਵਾ ਲਾਂਗੇ ਸੂਬੇਦਾਰ ਸਾਹਿਬ, ਕੋਈ ਭੁੱਲਾ ਜਿਆ ਕੇ ਭਰਾ ਨੂੰ ਪਸੰਦ ਹੈ 360,000 ਦੀ ਵਾਰੀ ਦੇ, 360,000 ਨੰਬਰ 3 ਤੇ ਚੈੱਕ ਕਰਾਈਏ ਕੀਮਤ, ਵਾਰੀਆਂ 5-6 ਲੱਖ ਦੀਆਂ ਵੇਖਦੇ ਠੀਕ ਹੈ, 360,000।